ਕਹਿੰਦੇ ਕਿ ਹੁਣ ਸਰਾਰੀ ਸਾਹਿਬ ਦੀ ਵਾਰੀ ਵੀ ਆ ਗਈ ਹੈ ਕਹਿੰਦੇ ਲੱਗਦਾ ਮੀਤ ਜੀ ਤਾਂ ਇਹਦਾ ਤੁਸੀਂ ਐ ਅਖੰਡ ਵਿੱਚ ਉਹ ਗਾਣਾ ਸੀ ਨਾ ਬਾਹਰ ਜਾਣ ਦੀ ਮਾਰੀ ਕਰਦੀ ਆਈ ਲੈਸ ਦੀ ਤੇ ਜੀ ਤੇ ਨਾਲ ਇਹ ਹੋਇਆ ਕਿ ਸਰਾਰੀ ਆ ਗਈ ਤੇਰੀ ਵਾਰੀ ਤੂੰ ਗੱਲ ਇਹ ਆ ਕਿ ਹੁਣ ਜਾਣ ਦੀ ਵਾਰੀ ਆ ਤੇ ਕਈ ਬੜੀ ਲੇਟ ਆਈ ਆ ਹੁਣ ਜਾਣਗੇ ਕਿ ਨਹੀਂ ਜਾਣਗੇ ਇੱਕ ਸਵਾਲ ਆ ਇਹ ਇਹ ਵੱਖਰਾ ਸਵਾਲ ਰਹਿ ਗਿਆ ਇੱਕ ਦੇਖੋ ਮੈਂ ਇੱਕ ਗੱਲ ਕਹਾ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਨਾ ਜੀ ਭਾਜਪਾ ਵਾਲੇ ਕਹਿੰਦੇ ਹਨ ਕਿ ਅਸੀਂ ਬੜੇ ਜੀ ਪਹੁੰਚੇ ਹੋਏ ਹਾਂ ਮੈਂ ਕਹਿੰਦਾ ਵੀ ਖਿਡਾਰੀ ਤੇ ਇਹ ਨੇ ਰਾਜਨੀਤੀ ਦੇ ਜੀ ਹਨਾ ਚਤਰਚਲਾਕ ਦਿਲ ਜਾਨੀ ਤੇ ਇਹ ਨੇ ਚਤਰਚਲਾਕ ਖਿਡਾਰੀ ਸਿਆਸਤ ਦੇ ਤੁਸੀਂ ਦੇਖਿਆ ਹੋਣਾ ਨੋਟ ਕੀਤਾ ਹੋਣਾ ਜੀ ਪਹਿਲੇ ਦਿਨ ਕੋਈ ਜ਼ੀਰੋ ਆਰ ਨਹੀਂ ਕੋਈ ਕੁਐਸਚਨ ਆਰ ਨਹੀਂ ਕੋਈ ਪ੍ਰਸ਼ਨ ਕਾਲ ਨਹੀਂ ਕੋਈ ਕੁਛ ਨਹੀਂ ਹੈ ਜੀ ਸਾਰਾ ਸਦਨ ਸੱਦ ਲਿਆ ਸਾਰੇ ਪੰਜਾਬ ਨੂੰ ਟੈਲੀਵਿਜ਼ਨਾਂ ਅੱਗੇ ਬਿਠਾ ਲਿਆ ਗੱਲ ਉਥੇ ਦੀ ਉਥੇ ਰਹਿ ਗਈ ਕਿਉਂਕਿ ਤੁਸੀਂ ਚੱਲਦੇ ਜੋ ਵੀ ਉੱਥੇ ਚੱਲਦੇ ਸੈਸ਼ਨ 'ਚ ਕੋਈ ਸਵਾਲ ਹੀ ਨਹੀਂ ਕਰ ਸਕਦੇ ਉਹ ਜਾ ਤੇ ਬੈਠੇ ਰਹੋ ਜੀ ਤੇ ਉਹ ਵੀ ਕਰਕੇ ਫਾਰਮੂਲ ਮਿਲਤੀ ਪੂਰੀ ਜਿਹੜੀ ਆ ਬਾਜਵੇ ਹੋਰੀ ਵੀ ਉਹ ਵੀ ਆ ਗਏ ਟਾਈਮ ਜੇ ਨਾਲ ਉਹਨਾਂ ਨੇ ਲੰਚ ਬ੍ਰੇਕ ਹੁੰਦਿਆਂ ਨੇ ਆਖਿਆ ਵੀ ਲਓ ਵੀ ਚੱਲ ਗਿਆ ਹੁਣ ਆਪਾਂ ਹਾਂ ਪੂਰੀਆਂ ਪਾ ਆਏ ਉਹ ਅੱਛਾ ਹੁਣ ਜਿਹੜੇ ਇਹਨਾਂ ਨੇ ਐਕਸਟੈਂਸ਼ਨ 'ਚੋ ਦਿਨ ਲੈਨੇ ਤਿੰਨ ਕਿ ਅਸੀਂ ਇਹਨਾਂ ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਤੇ ਛੱਡ ਦੋ ਜਿਹੜਾ ਉਹ ਵੋਟਿੰਗ ਵਾਲਾ ਹੈ ਜਾਂ ਚਰਚਾ ਵਾਲਾ ਹੈ ਅਪਰੋਸ ਕੀ ਮਤੇ ਦਾ ਦੋ ਦਿਨਾਂ ਦੇ ਵਿੱਚ ਤੇ ਕੋਈ ਨਾ ਕੋਈ ਸਵਾਲ ਜਵਾਬ ਹੋਏਗਾ ਨਾ ਹੁਣ ਉਹਦੇ ਵਿੱਚ ਕੀ ਹੈ ਕਿ ਕਾਂਗਰਸ ਸਪਸ਼ਟ ਕਰ ਚੁੱਕੀ ਆ ਭਾਜਪਾ ਸਪਸ਼ਟ ਕਰ ਚੁੱਕੀ ਆ ਅਕਾਲੀ ਦਲ ਸਪਸ਼ਟ ਕਰ ਚੁੱਕਾ ਹੈ ਕਿ ਇਹ ਪਰਿਸ਼ਟਾਖੋਰੀ ਦੇ ਖਿਲਾਫ ਲੜਾਈ ਲੜਨ ਦੇ ਨਾਮ ਤੇ ਸਤਾ ਹਾਸਲ ਕਰਕੇ ਆਏ ਨੇ ਭਾਈ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਸਰਾਰੀ ਨੂੰ ਕਿਹੜੇ ਬੋਚ ਰੱਖਿਆ ਜੇ ਨਾਲ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਸਿੰਗਲਾ ਭਾਈ ਕਿੱਦਾਂ ਮੀਟਿੰਗਾਂ ਅਟੈਂਡ ਕਰ ਰਿਹਾ ਹੈ ਜੀ ਤਾਂ ਜਿਹੜੇ ਇਹ ਸਵਾਲ ਨੇ ਸਵਾਲ ਤੁਹਾਨੂੰ ਫੇਸ ਕਰਨੇ ਪੈਣਗੇ ਔਰ ਸਾਰੀ ਦੁਨੀਆ ਦੇਖੇਗੀ ਜੀ ਉਹਦਾ ਜਵਾਬ ਕੀ ਹੋਏਗਾ ਹੁਣ ਜਿਹੜਾ ਬੰਦਾ ਆਡੀਓ ਦੇ ਵਿੱਚ ਇਸ ਤਰ੍ਹਾਂ ਘਿਰਿਆ ਹੋਵੇ ਜਾਂ ਵੀਡੀਓ ਦੇ ਵਿੱਚ ਸਟਿੰਗ ਚ ਕਿਤੇ ਵੀ ਘਿਰਿਆ ਹੋਵੇ ਜੀ ਉਹ ਤੇ ਬਹੁਤਾ ਕੁਝ ਕਹਿ ਨਹੀਂ ਸਕਦਾ ਉਹ ਪਾਰਟੀ ਵੀ ਬਹੁਤਾ ਕੁਝ ਨਹੀਂ ਕਹਿ ਸਕਦੀ ਜੀ ਤਾਂ ਹੁਣ ਇਹਨਾਂ ਨੇ ਵੇਖ ਲਓ ਕਿ ਵਿਚਲਾ ਹੱਲ ਕੱਢ ਲਿਆ ਆ ਅੱਜ ਖਬਰਾਂ ਨੇ ਕਿ ਸਰਾਰੀ ਨੂੰ ਇਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ ਤੁਸੀਂ ਹਿਸਾਬ ਲਾ ਲਓ ਕਿ ਨੋਟਿਸ ਲਿਖਦਿਆਂ ਲਿਖਦਿਆਂ ਤਿੰਨ ਹਫ਼ਤੇ ਬੀਤ ਗਏ ਨੇ ਉਹਨੇ ਕਿਹੜੇ ਰੰਗ ਦਾ ਪੈਨ ਸੀਗਾ ਇਹ ਪਤਾ ਨਹੀਂ ਆਪਾਂ ਨੂੰ ਵੀ ਐਨਾ ਟਾਈਮ ਕਿਵੇਂ ਲੱਗ ਗਿਆ ਇਹ ਪੂਰੇ ਰੰਗ ਦਾ ਹੀ ਹੋਣਾ ਹੈ ਤਾਂ ਸ਼ਾਇਦ ਮੁਕੀਮਾ ਕੀ ਜ ਹੋਣੀ ਹੈਗੀ ਉਹ ਵਾਰੀ ਵਾਰੀ ਜਮ ਕਰਦੇ ਨੇ ਜਵਾਬ ਥੋੜਾ ਹਾਲਾ ਨਹੀਂ ਕਾਗਜ਼ ਨਹੀਂ ਸੀ ਲੱਭ ਰਿਆ ਨਾ ਇਹ ਕਾਗਜ਼ ਮੁਕਤ ਨੋਟਿਸ ਕੱਢਣਾ ਸੀ ਅੱਛਾ ਜੀ ਕਿਉਂਕਿ ਕਾਗਜ਼ ਦੀ ਕਿਲਤ ਹੋ ਗਈ ਕਿਤੇ ਤੂੰ ਗੱਲ ਇਹ ਆ ਕਿ ਇਹਨਾਂ ਨੇ ਹੁਣ ਨੋਟਿਸ ਕੱਢ ਦਿੱਤਾ ਹੁਣ ਜਦੋਂ ਕੱਢ ਦਿੱਤਾ ਨੋਟਿਸ ਚਰਚਾ ਚ ਆਏਗਾ ਆਪਰੇਸ਼ਨ ਲੋਟਸ ਤੇ ਇਹ ਕਹਿ ਦੇਣਗੇ ਕਿ ਭਾਈ ਅਸੀਂ ਤਾਂ ਸਾਰਾ ਕੁਝ ਕਰੀ ਬੈਠੇ ਆ ਸਾਡਾ ਤਾਂ ਇਹ ਕਰਪਸ਼ਨ ਦੇ ਖਿਲਾਫ ਜਿਹੜਾ ਨਾ ਜ਼ੀਰੋ ਟੋਲਰੈਂਸ ਵਾਲਾ ਫੰਡਾ ਉਹ ਆਪਣੇ ਬੰਦਿਆਂ ਤੇ ਵੀ ਲਾਗੂ ਆ ਸਿੰਗਲਾ ਬੜਕਾਤਾ ਸੀਗਾ ਸਿੰਗਲਾ ਜ਼ਮਾਨਤ ਲੈ ਕੇ ਆ ਗਿਆ ਸਰਾਰੀ ਨੂੰ ਨੋਟਿਸ ਕੱਢ ਰੱਖਿਆ ਸੀ ਇਹਨੂੰ ਕਹਿੰਦੇ ਆ ਕਿ ਉਹ ਜਿਵੇਂ ਕਹਿੰਦੇ ਨਾ ਉਹ ਆਪਦਾ ਮੇ ਅਫਸਰ ਪ੍ਰਧਾਨ ਮੰਤਰੀ ਨੇ ਇੱਕ ਜੁਮਲਾ ਦਿੱਤਾ ਸੀਗਾ ਨਾ ਆਪਦਾ ਮੇ ਅਫਸਰ ਤੋਂ ਉਹਨੂੰ ਉਹਨੂੰ ਗਲਤ ਲੈ ਲਿਆ ਲੋਕਾਂ ਨੇ ਕਰੋਨਾ ਦੇ ਵਿੱਚ ਫਿਰ ਕਈਆਂ ਨੇ ਉਹ ਆਪਦਾ ਮੇ ਅਫਸਰ ਬਣਾ ਲਿਆ ਬੜੀ ਲੁੱਟ ਕੀਤੀ ਜੰਮ ਕੇ ਲੁੱਟ ਕੀਤੀ ਤੇ ਹੁਣ ਇਹਨਾਂ ਨੇ ਸਹੀ ਵਰਤ ਲਿਆ ਹਾਂ ਇਹਨਾਂ ਨੇ ਸਹੀ ਵਰਤ ਲਿਆ ਕਿ ਵਿਪਤਾ ਦੇ ਵਿੱਚੋਂ ਹੁਣ ਇੱਕ ਮੌਕਾ ਤਲਾਸ਼ ਲਓ ਤ ਆਪਣੇ ਆਪ ਨੂੰ ਉੱਥੇ ਸਹੀ ਸਾਬਤ ਕਰ ਦਿਓ ਸੱਚੇ ਸਾਬਤ ਕਰ ਦਿਓ ਖਰੇ ਸਾਬਤ ਕਰ ਦਿਓ ਕਿ ਅਸੀਂ ਤੇ ਆ ਦੇਖੋ ਜੀ ਅਸੀਂ ਨੋਟਸ ਕੱਢਿਆ ਤੇ ਸ਼ਾਨਬੀਨ ਕਰ ਰਹੇ ਆ ਜੇ ਸਾਨੂੰ ਲੱਗਿਆ ਤੇ ਛੱਡਣਾ ਸੀ ਸਰਾਰੀ ਵੀ ਨਹੀਂ ਹੈ ਜੀ ਪਰ ਇੱਕ ਪਾਸੇ ਸਿੰਗਲਾ ਦੀ ਆਡੀਓ ਪਤਾ ਨਹੀਂ ਕਿਸੇ ਨੇ ਸੁਣੀ ਹੈ ਜਾਂ ਨਹੀਂ ਸੁਣੀ ਉਹ ਦਾਵਾ ਹੀ ਆ ਤਾਂ ਸਿੰਗਲਾ ਤਾਂ ਜੇਲ ਵੀ ਪਹੁੰਚਾਤਾ ਤੇ ਦੂਸਰੇ ਪਾਸੇ ਸਰਾਰੀ ਜੀ ਦੀ ਲਾਲਾ 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 ਹੋ ਗਈ ਤੇ ਖੁਦ ਜਿਹੜਾ ਇਹਨਾਂ ਦਾ ਵਲੰਟੀਅਰ ਮੋਢੀ ਉਸ ਏਰੀਏ ਦਾ ਉਹ ਸਾਹਮਣੇ ਬਹਿ ਗਿਆ ਆ ਕੇ ਇੱਥੇ ਕਹਿੰਦੇ ਕਿ ਦੇ ਦੇ ਕਾਰਨ ਦੱਸੋ ਨੋਟਿਸ ਜਾਰੀ ਹੈ ਤਾਂ ਤਾਂ ਹੀ ਮੈਂ ਕਿ ਚੱਤਰ ਚਲਾ ਕੇ ਦਿਲ ਜਾਨੀ ਨਹੀਂ ਕੁੰਡਾਲਾ ਕੇ ਅੰਦਰ ਮੈਨੇ ਸੁਝੋਤਾ ਜੀ ਉਹ ਬਣੀ ਨਹੀਂ ਗੱਲ ਫਿਰ ਉਹ ਉਹ ਤਾਂ ਬਹਿ ਗਿਆ ਮੁੜ ਕੇ ਕਪੂਰ ਸਾਹਿਬ ਕੁੰਡਾਲਾ ਕੁੰਡਾ ਮਨ ਵਿੱਚ ਵਸਨਾ ਸਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਹੋਣ ਕਪੂਰ ਕੀ ਪਤਾ ਕਿੱਥੇ ਦੂਰ ਹੋ ਗਿਆ ਉਹ ਦਿਨ ਦੋ ਕੁ ਦਿਨ ਆਇਆ ਨੇਰੇ ਚ ਇੰਟਰਵਿਊ ਦਿੱਤੀ ਜਾਂਦਾ ਸੀਗਾ ਐ ਲੱਗਦਾ ਸੀਗਾ ਕਿ ਬਸ ਹੁਣ ਇਹਨੇ ਜੜੂ ਪਟ ਦੇਣਾ ਸਾਰਾ ਕੰਮ ਹੁਣ ਉਹ ਵੀ ਚੁੱਪ ਕਰਕੇ ਬਹਿ ਗਿਆ ਅਗਲੇ ਦਿਨ ਮੈਂ ਹੀ ਪੁੱਛਿਆ ਸੀ ਮੈਂ ਕਿਹਾ ਹਾਂ ਜੀ ਕਨੇ ਮੈਂ ਚੰਡੀਗੜ੍ਹ ਚੱਲਿਆ ਸੀ ਅੱਛਾ ਜੀ ਬਸ ਸ਼ਾਮੀ ਜੀ ਕਿਨੇ ਮੈਂ ਚੰਡੀਗੜ੍ਹ ਚੱਲਿਆ ਤੇ ਅਗਲੇ ਦਿਨ ਬਸ ਉਹ ਖਬਰ ਕੁਝ ਵੀ ਲੋ ਚੰਡੀਗੜ੍ਹੋਂ ਆ ਗਿਆ ਕਿ ਉੱਥੇ ਬਹਿ ਗਏ ਨੇ ਕਿਤੇ ਇਹ ਨ ਹੋਵੇ ਚੱਡਾ ਸਾਹਿਬ ਦੇ ਕਿਹਾ ਹੋਵੇ ਕਿਤੇ 4 ਦਿਨ ਚੰਡੀਗੜ੍ਹ ਕੋਲ ਕਿਤੇ ਫੋਨ ਵੀ WhatsApp ਕਾਲ ਹੀ ਚੱਕਦੇ ਸੀ ਦੂਜਾ ਅੱਛਾ ਦੂਜਾ ਫੋਨ ਨਹੀਂ ਚੱਕਦਾ ਤੀਜਾ ਫੋਨ ਬਈ ਇਹ ਜਿਹੜਾ ਬੰਦਾ ਆਮ ਆਦਮੀ ਪਾਰਟੀ ਚ ਰਹਿ ਗਿਆ 4-5 ਸਾਲ ਆ ਉਹ ਕਾਲ ਰਿਕਾਰਡਿੰਗ ਦੇਵੇਗਾ ਤੁਹਾਨੂੰ ਕਮਾਲ ਦੀ ਗੱਲ ਆ ਉਹਨਾਂ ਨੂੰ ਪਤਾ ਹੈ ਕਿ ਜਸਪਾਲ ਮਾਨ ਉਹ ਰੀਕਾਰਡਿੰਗਾਂ ਮਾਰਦੇ ਆ ਬਈ ਪੱਤਰਕਾਰ ਉਹ ਉਹ ਤੁਹਾਡੇ ਵੀ ਗਾ ਉਸਤਾਦ ਨੇ ਉਹਨਾਂ ਨੂੰ ਸਭ ਪਤਾ ਹੈ ਬਿਲਕੁਲ ਬਿਲਕੁਲ ਜੀ ਉਪਰ ਇੱਕ ਜਾਨੇ ਕਹਿ ਰਹੇ ਸੀਗੇ ਸੱਜਣ ਕਹਿੰਦੇ ਜੀ ਕਿ ਦਬ ਨਾ ਜਾਏ ਉਹ ਕੱਲ ਤੱਕ ਕਹਿੰਦੇ ਕਿ ਦੇਖੋ ਫੋਨ ਸ਼ੋਨ ਆ ਜੇ ਕਹਿੰਦੇ ਇਹ ਜਸਕਰਨ ਸਿੰਘ ਜਸਕਰਨ ਢਿੱਲੋਂ ਕਹਿ ਰਹੇ ਸੀਗੇ ਜੀ ਕੱਲ ਤੱਕ ਦਬ ਨਾ ਜਾਏ ਜੀ ਕਹਿੰਦੇ ਕਿ ਕਿਤੇ ਖ਼ਬਰ ਹੀ ਨਾ ਕਰਿਓ ਕਹਿੰਦੇ ਚੰਦਰ ਨਹੀਂ ਨਹੀਂ ਜੀ ਇਹਦੇ 'ਚ ਕੀ ਹੈ ਦੱਬ ਨਾਲੇ ਕਿਹੜੀ ਗੱਲ ਹੈ ਉਹ ਤਾਂ ਸਰਕਾਰੀ ਡਾਕੂਮੈਂਟ ਹੁੰਦੇ ਨੇ ਜੀ ਸਰਕਾਰੀ ਡਾਕੂਮੈਂਟ ਹੁੰਦੇ ਆ ਬਾਕੀ ਮਾਨ ਸਾਹਿਬ ਨਹੀਂ ਦੱਬਦੇ ਦੱਬਦਾ ਕਿੱਥੇ ਆ ਉਹ ਨਹੀਂ ਨਹੀਂ ਉਹ ਉਧਰ ਹੀ ਗਾਣਾ ਫਿੱਟ ਪੈਂਦਾ ਜੀ ਅਗਲਾ ਨਹੀਂ ਟ੍ਰੇਡਮਾਰਕ ਕਰਨਾ ਪਊਗਾ ਨਹੀਂ 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 ਕਿਉਂ ਟ੍ਰੇਡ ਮਾਰ ਕੇ ਉਹ ਹੁਣ ਦੂਜੇ ਵੀ ਫਿਰ ਐਂਟੀ ਪਾਰਟੀਲ ਤਾਂ ਕੋਈ ਵਿਆਹ ਸ਼ਾਦੀ ਨਹੀਂ ਸੀ ਲਾਉਂਦਾ ਉਹ ਗਾਣਾ ਅੱਛਾ ਜੀ ਵੀ ਉਹਨਾਂ ਦਾ ਗਾਣਾ ਇਹ ਉਹਨਾਂ ਦਾ ਹੀ ਗਾਣਾ ਨਾ ਨਾ ਗਾਉਣ ਵਾਲਾ ਤਾਂ ਗਾਉਣ ਵਾਲਾ ਤਾਂ ਸਾਰਿਆਂ ਦਾ ਗਾਇਕ ਤੂੰ ਕਹ ਲੈ ਵੱਖਰੀ ਵੀ ਹਾਂ ਕਿਤੇ ਲਾਈਵ ਚ ਗਾਉਂਦੇ ਹੁਣ ਤਾਂ ਹਾਂ ਜੀ ਨਹੀਂ ਹੁਣ ਨਹੀਂ ਉਹ ਲਾਉਂਦੇ ਹੁਣ ਤਾਂ ਕੋਈ ਨਵਾਂ ਹੀ ਲੱਭਣ ਹੁਣ ਤਾਂ ਉਹ ਲਾਉਂਦੇ ਨੇ ਉਹ ਤੁਸੀਂ ਮਸ਼ਹੂਰੀ ਚ ਸੁਣਿਆ ਨਹੀਂ ਕੰਮ ਬੋਲਦਾ ਹੈ ਸਾਡਾ ਕੰਮ ਬੋਲਦਾ ਹੈ ਕੰਮ ਬੋਲਦਾ ਬਦਲ ਗਿਆ ਹੁਣ ਹਾਂ ਜੀ ਉਹ ਕੰਮ ਬੋਲਦਾ ਹੈ ਸਾਡਾ ਕੰਮ ਬੋਲਦਾ ਹੈ ਬੇਰਜ਼ਗਾਰੀ ਦੀ ਆਈ ਵਾਰੀ ਇਦਾਂ ਦੋ ਰੈਪ ਬਣਾ ਕੇ ਗਾ ਰੱਖਿਆ ਉਹ ਐਂਡੀ ਟੀਵੀ ਪਤਾ ਨਹੀਂ ਕਿੱਥੇ ਕਿੱਥੇ ਵਜਣ ਡਿਆ ਜਿਨ੍ਹਾਂ ਨੂੰ ਗੋਦੀ ਮੀਡੀਆ ਕਹਿੰਦੇ ਉਹਨਾਂ ਚੈਨਲਾਂ 'ਤੇ ਵੀ ਅੱਜਕੱਲ ਤੜਾਹਕ ਤੜਾਹਕ ਵਜਦਾ ਬਦਲ ਦਿੱਤਾ ਇਹਨਾਂ ਨੇ ਗਾਣਾ ਕਮ ਬੋਲਦਾ ਵੇ ਸਾਡਾ ਕਮ ਬੋਲਦਾ ਜੀ ਜੀ ਬਿਲਕੁਲ ਬਿਲਕੁਲ ਜੀ ਇਧਰ ਗੁਰ ਇਕਬਾਲ ਜੀ ਇਹ ਇਹਨਾਂ ਰეკਮੈਂਡ ਸੀਗਾ ਕਿ ਮਨਪ੍ਰੀਤ ਬਾਦਲ ਨੇ ਕਾਂਗਰਸ ਸਮੇਂ ਜੀ ਪੰਜ ਬਜਟ ਪੇਸ਼ ਕਰਨ ਸਮੇਂ ਕਹਿੰਦੇ ਕਿ ਜਿਸ ਸਾਲ ਕਰੋਨਾ ਆਇਆ ਸੀ ਉਸ ਕਹਿੰਦੇ ਸੀ ਕਿ ਇਸ ਤੋਂ ਪਹਿਲਾਂ ਦਾ ਖਰਚਾ ਤੇ ਕਮਾਈ ਬਰਾਬਰ ਹੋ ਗਈ ਸੀ ਕਰਜ਼ਾ ਮੋੜ ਦਿਆਂਗੇ ਪਰ ਕਰੋਨਾ ਕਰਕੇ ਕਹਿੰਦੇ ਕਿ ਖਰਚਾ ਵੱਧ ਗਿਆ ਤੇ ਕੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਹ ਸੌਦੇ ਤੇ ਲਈ ਉਹਦੇ ਲਈ ਸਹੀ ਸੀਗੇ ਜੀ ਕਹਿੰਦੇ ਕਿ ਕਾਹਦਾ ਜੀ ਕਹਿੰਦੇ ਕਿ ਮਨਪ੍ਰੀਤ ਬਾਦਲੇ ਕਹਰੇ ਸੀਗੇ ਕਿ ਕਰੋਨਾ ਤੋਂ ਪਹਿਲਾਂ ਕਹਿੰਦੇ ਕਿ ਕਮਾਈ ਤੇ ਸਾਡਾ ਖਰਚਾ ਬਰਾਬਰ ਹੋ ਗਿਆ ਹੁਣ ਅਸੀਂ ਕਰਜ਼ਾ ਮੋੜ ਦਿਆਂਗੇ ਸਰਪਲਸ ਹੋ ਗਿਆ ਹਾਂ ਤੱਕ ਜਦੋਂ ਕਰੋਨਾ ਆ ਗਿਆ ਕਹਿੰਦੇ ਕਿ ਉਸ ਵੇਲੇ ਫਿਰ ਮਹਿੰਗਾਈ ਵੱਧ ਗਈ ਆ ਖਰਚਾ ਜ਼ਿਆਦਾ ਹੋ ਗਿਆ ਤੇ ਇਸ ਕਰਕੇ ਕਹਿੰਦੇ ਕਿ ਇਹ ਨੁਕਸਾਨ ਹੋ ਗਿਆ ਤੇ ਕੋਵਿਡ ਦਾ ਤਾਂ ਸਾਰਿਆਂ ਨੂੰ ਨੁਕਸਾਨ ਹੋਇਆ ਸਾਡੀ ਜਿਹੜੀ ਇਕਨੋਮੀ ਸੀ ਪਰ ਇਹਨਾਂ ਨੂੰ ਪੁੱਛੇ ਕਿ ਤੁਸੀਂ ਬੇਵਕੂਫੀ ਤੁਹਾਡੀ ਖੁੱਤੀ ਚ ਅੱਕ ਚ ਹੋਇਆ ਸੀਗਾ ਜੀ ਕਿ ਤੁਸੀਂ ਇਹ ਬੇਵਕੂਫੀ ਕੀਤੀ ਕਿ ਜਦੋਂ ਇੰਡੀਆ ਚ ਟੋਟਲ 500 ਕੇਸ ਸੀ ਤੇ ਚੱਕ ਕੇ ਤੁਸੀਂ ਸਾਰਾ ਪੰਜਾਬ ਛੇਤਰ ਮਾਰ ਮਾਰ ਕੇ ਬੰਦ ਕਰਾ ਦਿੱਤਾ ਤੇ ਜਿੱਦਨ 4.5 ਲੱਖ ਕੇਸ ਆਉਂਦਾ ਸੀ ਉਸ ਦਿਨ ਪੰਜਾਬ ਖੁੱਲਾ ਪਿਆ ਸੀਗਾ ਜੀ ਤੁਸੀਂ ਉਸ ਦਿਨ ਗਲਤ ਸੀ ਕਿ ਤੁਸੀਂ ਉਸ ਦਿਨ ਗਲਤ ਸੀ ਜੀ ਤੁਸੀਂ ਤੇ ਚੱਕ ਕੇ ਸਾਰਾ ਕੁਝ ਬੰਦ ਤੁਸੀਂ ਤੇ ਪੱਠੇ ਵੱਢਣ ਵਾਲੇ ਟੋਕੇ ਬੰਦ ਕਰਾ ਦਿੱਤੇ ਯਾਰ ਉਹ ਤਾਸ਼ ਖੇਡਦੇ ਖੇਡਦੇ ਉਹ ਐਵੇਂ ਕੋਈ ਮੂੰਹ ਨਾਲ ਹੀ ਕਰ ਦਿੰਦਾ ਵੂ 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 ਬਾਬੇ ਵੀ ਭੱਜ ਜਾਂਦੇ ਸੀਗੇ ਯਾਰ ਇੰਨਾ ਡਰ ਜਿਵੇਂ ਅੱਤਵਾਦੀ ਹੁੰਦੇ ਨੇ ਲੋਕ ਸੋ ਬੇਵਕੂਫੀਆਂ ਤੇ ਤੁਹਾਡੀਆਂ ਨੇ ਸਭ ਤੋਂ ਵੱਡਾ ਤੇ ਉੱਤੇ ਬੈਠਾ ਸੀ ਤੇ ਛੋਟੇ-ਛੋਟੇ ਤੁਸੀਂ ਬੈਠੇ ਸੋ ਜੀ ਤੇ ਤੁਹਾਡੀਆਂ ਬੇਵਕੂਫੀਆਂ ਨੇ ਡਬੋ ਦਿੱਤਾ ਹੁਣ ਦੱਸੋ ਕਰੋਨਾ ਨਹੀਂ ਹੈਗਾ ਜੀ ਹੁਣ ਕਰੋਨਾ ਨਹੀਂ ਹੈਗਾ ਸਾਰੀਆਂ ਤੁਸੀਂ ਗਤੀਵਿਧੀਆਂ ਠੱਪ ਕਰ ਦਿੱਤੀਆਂ ਸਾਰਾ ਬਿੜਾ ਗਰਕ ਕਰ ਦਿੱਤਾ 500 ਕੇਸ ਸੀਗਾ ਜਿੱਦਨ ਇਹਨਾਂ ਨੇ ਲਾਕਡਾਊਨ ਲਾਇਆ ਪੂਰੇ ਇੰਡੀਆ 'ਚ ਇੰਡੀਆ ਚ ਤਾਂ ਹਲੇ ਲੱਗੇ ਨਹੀਂ ਸੀ ਕੈਪਟਨ ਨੇ ਚੱਕ ਕੇ ਮੂੰਹ ਪਹਿਲਾਂ ਹੀ ਦਬਤਾ ਕੰਮ ਜੀ ਮਾਰ ਮਾਰ ਜੁੱਤੀਆਂ ਲੋਕਾਂ ਦੇ ਤੇ ਕੰਨਾਂ 'ਚ ਥਾਣੀ ਕੱਢ ਦਿੱਤਾ ਤੂੰ ਇਹਨਾਂ ਨੇ ਜੀ ਉਹ ਕਹ ਲਿਆ ਕਿ ਠੀਕ ਹੈ ਕੋਰੋਨਾ ਦਾ ਸਾਰੀ ਦੁਨੀਆ 'ਤੇ ਅਸਰ ਪਿਆ ਹੈ ਹੁਣ ਯੂਕਰੇਨ ਜਾਂ ਰਸ਼ੀਆ ਵਾਰ ਦਾ ਹੁਣ ਤੁਸੀਂ ਉਹ ਕਹਿ ਦਿਓ ਮੈਨੂੰ ਲੱਗਦਾ ਇਹਨਾਂ ਨੇ ਕਹਿ ਦੇਣਾ ਕਿ ਦੇਖੋ ਜੀ ਉਹ ਯੁੱਧ ਲੱਗਿਆ ਸੀਗਾ ਨਾ ਉਦਾਂ ਅਸੀਂ ਜਦੋਂ ਆਉਣਾ ਸੀ ਉਦੋਂ ਹੀ ਉਦਾਂ ਲੱਗ ਗਿਆ ਤੇ ਉਸ ਯੁੱਧ ਦੇ ਵਿੱਚ ਸਾਰੀ ਦੁਨੀਆ 'ਚ ਮੰਗਾਈ ਹੋ ਗਈ ਅਸੀਂ ਮਾਰੇਗਾ ਬਹਾਨਾ ਜਿਹੜਾ ਮਰਜ਼ੀ ਲਾ ਲਓ ਠੀਕ ਹੈ ਅਸਰ ਪੈਂਦਾ ਹੈ ਇਕਨੋਮੀ ਤੇ ਅਸਰ ਪੈਂਦਾ ਉਹ ਸਾਰੀ ਦੁਨੀਆ ਦੇ ਨਾਲ ਐਂ ਤੁਸੀਂ ਅੱਜ ਯੂਰਪ ਦੇ ਵਿੱਚ ਵੇਖੋ ਕਿੰਨੀ ਗਰ ਕਿੰਨੀ ਗਰਮੀ ਆਈ ਪਈ ਆ ਮਹਿੰਗਾਈ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਉਹ ਉੱਥੇ ਇੰਨੀ ਜ਼ਿਆਦਾ ਕਹਿ ਲੋ ਕਿ ਔਖੀ ਹੋਈ ਪਈ ਆ ਉਹਨਾਂ ਦਾ ਪਾਉਂਡ ਵੀ ਵਿਚਾਰਾ ਜਿਹੜਾ ਉਹ ਕਲਾਬਾਜ਼ੀਆਂ ਲਾ ਕੇ ਤੇ ਹੌਣ ਖੀਰੀ ਧੌਣ ਪਰਨੇ ਵਜਾ ਜੀ ਸਾਰੇ ਪਾਸੇ ਆ ਕਰੋਨਾ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਕੇ ਗਿਆ ਤੁਹਾਨੂੰ ਕੱਲਿਆਂ ਨੂੰ ਥੋੜੀ ਜੀ ਜਿਹੜੇ ਤੁਹਾਡੇ ਤੋਂ ਅੱਗੇ ਆ ਫਿਰ ਉਹ ਅੱਗੇ ਕਿਵੇਂ ਰਹਿ ਗਏ ਜੇਕਰ ਅੱਲਾ ਤੁਹਾਡਾ ਹੀ ਨੁਕਸਾਨ ਹੋਇਆ ਤਾਂ ਨੁਕਸਾਨ ਤੇ ਉਹਨਾਂ ਦਾ ਵੀ ਹੋਣਾ ਚਾਹੀਦਾ ਨੁਕਸਾਨ ਸਾਰਿਆਂ ਦਾ ਬਰਾਬਰ ਹੈ ਫਾਇਦਾ ਸੱਜ ਦਾ ਹੁੰਦਾ ਜੀ